देखो पंजाब प्लस चैनल ते तुहाडा स्वागत है। जैसे आए हैं सहयोग इंटरनेशनल पैलेस जिहड़ा कि चोंडा देवी विखे स्थित हैगा। ਸਹਿਯੋਗ ਹੁੰਦਾ ਵਾ, ਅਸੀਂ ਤਾਂ ਸਿਰਫ ਪੈਲਸ ਹੀ ਹੈ ਸਾਡਾ ਅਤੇ ਬਾਕੀ ਸਾਰੀ ਸੰਗਤ ਰਲ ਕੇ ਸਾਡੇ ਬੈਠੇ ਨੇ। ਇੰਸਪੈਕਟਰ ਸਾਹਿਬ ਮਹਿੰਦਰ ਸਿੰਘ ਬੈਠੇ ਨੇ, ਸਾਡੇ ਮੈਨੇਜਰ ਸਾਡੀ ਸਟਾਫ ਸੇਵਾ ਕਰਦਾ ਵਾ, ਤਨ ਮਨ ਧਾਨਾ ਸੇਵਾ ਜਿੰਨੀ ਕੋਈ ਇਲਾਕੇ ਦੀ ਸੇਵਾ ਹੁੰਦੀ ਉਹ ਕਰਦਾ। ਮੈਂ ਆਪਣੇ ਵੱਲੋਂ ਬਾਬਾ ਬੁੱਢਾ ਜੀ ਦੇ ਜਨਮ ਦਿਹਾੜੇ ਦੇ ਆਪਣੇ ਪਰਿਵਾਰ ਸੱਚੇ ਪਰਿਵਾਰ ਵੱਲੋਂ ਲੱਖ ਲੱਖ ਵਧਾਈਆਂ ਦਿੰਦਾ ਜੀ। ਦੇਖੋ ਪੰਜਾਬ ਪਲੱਸ ਚੈਨਲ 'ਤੇ ਤੁਹਾਡਾ ਸਵਾਗਤ ਹੈ। ਜਿਸ ਆਏ ਹਾਂ ਸਹਿਯੋਗ ਇੰਟਰਨੈਸ਼ਨਲ ਪੈਲਸ ਜਿਹੜਾ ਕਿ ਚੋਂਡਾ ਦੇਵੀ ਵਿਖੇ ਸਥਿਤ ਹੈਗਾ। ਸਭ ਤੋਂ ਵੱਡੀ ਗੱਲ ਹੈ ਕਿ ਬਾਬਾ ਬੁੱਢਾ ਜੀ ਦੇ ਸਥਾਨ ਤੋਂ ਬਹੁਤ ਹੀ ਨਜ਼ਦੀਕ ਸਥਾਨ ਪੈਂਦਾ। ਔਰ ਗੱਲ ਕਰ ਰਹੇ ਤੁਹਾਡੇ ਮੈਨੇਜਰ ਨਾਲ। ਮੈਨੇਜਰ ਸਾਹਿਬ ਸਵਾਗਤ ਹੈ ਤੁਹਾਡਾ ਸਾਡੇ ਸਪੈਸ਼ਲ ਸ਼ੋਅ 'ਚ। ਸਭ ਤੋਂ ਪਹਿਲਾਂ ਤਾਂ ਮੈਂ ਪੰਜਾਬ ਪਲੱਸ ਵੇਖਣ ਵਾਲੇ ਦਰਸ਼ਕਾਂ ਦਾ ਬਹੁਤ ਬਹੁਤ ਧੰਨਵਾਦੀ ਹੋਵਾਂਗਾ। ਸਰ ਕੀ ਕਹਿਣਾ ਚਾਹੋਗੇ ਕਿ ਇੱਥੇ ਦੀ ਜਿਹੜੀ ਮੈਨੇਜਮੈਂਟ ਹੈਗੀ ਆ, ਜਿਨ੍ਹਾਂ ਨੇ ਕਰੋਨਾ ਦਾ ਔਖਾ ਸਮਾਂ ਆਇਆ, ਬਹੁਤ ਲੋਕਾਂ ਦੀ ਮਦਦ ਕੀਤੀ, ਬਾਬਾ ਬੁੱਢਾ ਜੀ ਦੇ ਜਨਮ ਦਿਹਾੜੇ ਆਏ, ਹੋਰ ਵੀ ਕੋਈ ਵੀ ਸਮਾਗਮ ਆਉਂਦਾ ਹੈਗਾ ਤਾਂ ਇਹ ਮੈਨੇਜਮੈਂਟ ਜਿਹੜੀ ਹੈਗੀ ਆ ਉਹ ਇਹ ਸੋਚਦੀ ਆ ਕਿ ਅਸੀਂ ਲੋਕਾਂ ਦੀ ਸੇਵਾ ਦੇ ਲਈ ਇਹ ਪੈਲਸ ਬਣਾਇਆ। ਔਰ ਚਾਹੇ ਜੇ ਲੰਗਰ ਕਿਸੇ ਨੇ ਲਗਾਉਣਾ ਉਸ ਸਮੇਂ ਦੇ ਉੱਪਰ ਤਾਂ ਉਹਨਾਂ ਦੇ ਨਾਲ ਬਹੁਤ ਅਟੈਚਮੈਂਟ ਕਰਦੀ ਆ। ਵੇਖੋ ਜੀ, ਮੈਨੇਜਮੈਂਟ ਦੀ ਗੱਲ ਕਰੀਏ ਤਾਂ ਸੱਚਰ ਸਾਹਿਬ ਉਹਨਾਂ ਨੇ ਹਮੇਸ਼ਾ ਤੋਂ ਜਦੋਂ ਤੋਂ ਹੀ ਪੈਲਸ ਬਣਿਆ ਹੈ, ਪਿੰਡ ਲੈ ਦੋ ਤਿੰਨ ਪਿੰਡ ਲਾਗੋ ਲਾ ਕੱਥੂ ਨੰਗਲ ਹੈ, ਆਪਣਾ ਮਾਨ ਪਿੰਡ ਆ, ਇੱਕ ਦੋ ਪਿੰਡ ਹੋਰ ਹੁੰਦੇ ਆ, ਜਦੋਂ ਵੀ ਆਪਣਾ ਪ੍ਰਕਾਸ਼ ਹੱਥੇ ਆਉਂਦਾ, ਸੱਤ ਕੱਥੇ ਦਾ ਮੇਲਾ ਹੁੰਦਾ ਹੈ, ਲੰਗਰ ਲੱਗਦਾ ਪੈਲਸ ਦੇ ਵਿੱਚ ਲੱਗਦਾ, ਫਿਰ ਜਦੋਂ ਹੋਲੀ ਮਨਾਉਂਦੇ ਆ ਹੋਲੀ 'ਤੇ ਵੀ ਲੰਗਰ ਇੱਥੇ ਲੱਗਦਾ ਹੈ ਜੀ। ਅਤੇ ਉਸ ਦੌਰਾਨ ਸੱਚਰ ਸਾਹਿਬ ਹੋਣੀ ਆਪਣਾ ਪੈਲਸ ਜਿਹੜਾ ਇਹ ਦੋ ਦਿਨਾਂ ਦੇ ਵਿੱਚ ਕੋਈ ਫੰਕਸ਼ਨ ਨਹੀਂ ਕਰਦੇ, ਕੋਈ ਕੁਛ ਨਹੀਂ ਕਰਦੇ, ਫ੍ਰੀ ਆਫ ਕੋਸਟ ਸੇਵਾ ਦੇ ਵਿੱਚ ਸੰਗਤ ਦੇ ਨਾਲ ਸੇਵਾ ਕਰਦੇ ਨੇ। ਪੈਲਸ ਵੀ ਸੇਵਾ ਦੇ ਵਿੱਚ ਹੀ ਦਿੰਦੇ ਨੇ ਉਹਨਾਂ ਨੂੰ ਕਿ ਤੁਸੀਂ ਇੱਥੇ ਲੰਗਰ ਲਗਾਓ, ਸੰਗਤ ਆਉਂਦੀ ਹੈ, ਮੇਲਾ ਵੇਖਣ ਆਉਂਦੀ ਹੈ, ਨਾਲੇ ਲੰਗਰ ਛਕਦੀ ਹੈ, ਨਾਲੇ ਗੁਰੂ ਘਰ ਦੇ ਦਰਸ਼ਨ ਕਰਦੀ। ਮੇਰੇ ਸਾਹਿਬ ਅਸੀਂ ਚਾਹਾਂਗੇ ਤੁਸੀਂ ਸਾਰਾ ਸਾਨੂੰ ਪੈਲਸ ਵਿਜਿਟ ਕਰਾਓ। ਜ਼ਰੂਰ ਜੀ, ਆਓ ਆਪਾਂ ਵਿਜਿਟ ਕਰੀਏ ਸਾਰਾ ਰਿਜ਼ੋਰਟ। ਆਓ ਜੀ, ਹੁਣ ਅਸੀਂ ਆਪਾਂ ਤੁਹਾਨੂੰ ਆਪਣਾ ਪੈਲਸ ਵਿਜਿਟ ਕਰਾਈਏ ਜੀ। ਸਭ ਤੋਂ ਪਹਿਲੇ ਤਾਂ ਆਪਾਂ ਐਂਟਰੈਂਸ 'ਤੇ ਖੜੇ ਹਾਂ, ਮੇਨ ਐਂਟਰੈਂਸ ਵਿੱਚ। ਇਸ ਤੋਂ ਅੱਗੇ ਅੱਗੇ ਜੋ ਵੀ ਆ ਤੁਹਾਨੂੰ ਸਾਰਾ ਨਜ਼ਰ ਆਉਂਦਾ ਜਾਣਾ, ਨਾਲੇ ਵਿਊ ਸਾਰਾ ਦਿਖਦਾ ਜਾਣਾ ਜੀ। ਐਂਟਰੈਂਸ ਤੋਂ ਅਗਲੇ ਪਾਸੇ ਸਿੱਧਾ ਸਾਡਾ ਹਾਲ ਆਉਂਦਾ ਹੈ ਜੀ, ਹਾਲ ਦੀ ਐਂਟਰੈਂਸ। ਇਹ ਹਾਲ ਹੈ ਜੀ ਜਿੱਥੇ ਆਪਾਂ ਹਾਲ ਦੇ ਵਿੱਚ ਸਾਰੀ ਤਿਆਰੀ ਕਰਦੇ ਹਾਂ। ਇਸ ਦੌਰਾਨ ਇੱਥੇ ਸਰਦੀਆਂ ਦੇ ਵਿੱਚ ਸਾਰਾ ਸਿਸਟਮ ਬਾਹਰ ਹੋ ਜਾਂਦਾ। ਇੱਥੇ ਆਪਾਂ ਪਹਿਲਾਂ ਮੇਨ ਸਟੇਜ ਹੈ, ਕਪਲ ਸਟੇਜ ਹੈ, ਅਤੇ ਜਦੋਂ ਪ੍ਰੋਗਰਾਮ ਚੱਲਦਾ ਤਾਂ ਅੰਦਰ ਖਾਣਾ ਬਫੇ ਕਾਊਂਟਰ ਵੀ ਅੰਦਰ ਹੀ ਲੱਗਦਾ ਹੈ। ਇਸ ਤੋਂ ਅਗਲੇ ਪਾਸੇ ਲੌਨ ਹੈ ਜੀ, ਅਤੇ ਹਾਲ ਦੇ ਵਿੱਚ ਸਾਡੇ ਉੱਪਰ ਗੈਲਰੀ ਦਾ ਵੀ ਇੰਤਜ਼ਾਮ ਹੈਗਾ। ਤਕਰੀਬਨ ਫੰਕਸ਼ਨ ਦੌਰਾਨ ਅਸੀਂ ਗੈਲਰੀ ਦੇ ਉੱਪਰ ਵੀ ਅਰੇਂਜਮੈਂਟ ਕਰ ਦਿੰਦੇ ਹਾਂ। ਸਾਥ ਨਾਲ ਹੀ ਦੇ ਪੌੜੀਆਂ ਨੇ, ਤਾਂ ਚੜ੍ਹ ਕੇ ਉੱਪਰ ਪਾਸੇ ਸਾਰੀ ਸੈਟਿੰਗ ਹੋ ਜਾਂਦੀ ਹੈ। 10-15 ਟੇਬਲ ਉੱਪਰ ਲੱਗ ਜਾਂਦੇ ਨੇ ਜੀ, ਬੜੇ ਅਰਮਾਨ ਦੇ ਨਾਲ ਵਧੀਆ ਫੰਕਸ਼ਨ ਅਟੈਂਡ ਕਰ ਸਕਦੇ ਨੇ ਲੋਕ। ਇਸ ਦੌਰਾਨ ਪਰਲੇ ਪਾਸੇ ਨਾਲ ਹੀ ਲੌਨ ਹੈ ਸਾਡੇ, ਅਤੇ ਹਾਲ ਦੇ ਨਾਲ ਹੀ ਅਟੈਚ ਹੈ ਸਾਡੀ ਲੌਨ ਜੀ। ਇੱਥੇ ਸਰਦੀਆਂ ਦੇ ਵਿੱਚ ਸਾਰੇ ਫੰਕਸ਼ਨ ਦੀ ਬਾਹਰ ਅਰੇਂਜ ਕੀਤਾ ਜਾਂਦਾ ਹੈ। ਇੱਥੇ ਉਸ ਟਾਈਮ ਸਾਰਾ ਡੈਕੋਰੇਟ ਕੀਤਾ ਜਾਂਦਾ, ਗੇਟ ਸਟੇਜ ਵਿਦ ਹੱਟ ਵਗੈਰਾ ਬਣਾ ਕੇ ਦਿੱਤੀ ਜਾਂਦੀ ਹੈ, ਉਹ ਪਿੱਛੇ ਤੱਕ ਸਾਰੀ ਬੜੇ ਵਧੀਆ ਅਰੇਂਜ ਕੀਤਾ ਜਾਂਦਾ ਜੀ ਸਾਰੇ ਦਾ ਸਾਰਾ ਹੀ। ਸਰ ਉਹ ਸਥਾਨ ਜਿੱਥੇ ਲੋਕ ਵਡਭਾਗੀ ਸਮਝਦੇ ਨੇ ਆਪਣੇ ਆਪ ਨੂੰ, ਅਗਰ ਸੈਕਿੰਡ ਵੀ ਗੁਜ਼ਾਰ ਜਾਂਦੇ ਆ, ਔਰ ਤੁਹਾਨੂੰ ਸੁਭਾਗਿਆ ਪ੍ਰਾਪਤ ਹੈ ਕਿ ਤੁਸੀਂ ਉਸ ਪਵਿੱਤਰ ਧਰਤੀ ਦੇ ਉੱਪਰ ਆਪਣੇ ਇਸ ਸੇਵਾ ਦਾ ਕੇਂਦਰ ਖੋਲ੍ਹ ਕੇ ਲੋਕਾਂ ਦੀ ਸੇਵਾ ਕਰ ਰਹੇ ਹੋ ਪੈਲਸ ਦੇ ਰੂਪ ਦੇ ਵਿੱਚ। ਕੀ ਕਹਿਣਾ ਚਾਹੋਗੇ ਕਿ ਇਹ ਪੈਲਸ ਜਿਹੜਾ ਹੈਗਾ ਉਹ ਜਦੋਂ ਬਾਬਾ ਬੁੱਢਾ ਜੀ ਦਾ ਜਨਮ ਦਿਹਾੜਾ ਆਉਂਦਾ, ਕੋਈ ਹੋਰ ਜਿਹੜੇ ਸਮਾਗਮ ਆਉਂਦੇ ਆ, ਤਾਂ ਇਹ ਪੈਲਸ ਦਿਲ ਖੋਲ੍ਹ ਕੇ ਉਹਨਾਂ ਦੇ ਨਾਲ ਅਟੈਚ ਹੋ ਕੇ, ਚਾਹੇ ਲੰਗਰਾਂ ਦੀ ਗੱਲ ਹੋਵੇ, ਪੂਰੀ ਸੇਵਾ ਕਰਦਾ। ਔਰ ਹਮੇਸ਼ਾ ਇਸ ਪੈਲਸ ਨੇ ਜਿਹੜਾ ਹੈਗਾ ਲੋਕਾਂ ਦੇ ਨਾਲ, ਕਰੋਨਾ ਦਾ ਔਖਾ ਸਮਾਂ ਆਇਆ ਉਸ ਟਾਈਮ ਦੇ ਉੱਤੇ ਵੀ ਬਹੁਤ ਵੱਡਾ ਜਿਹੜਾ ਲੋਕਾਂ ਦਾ ਸਮਰਥਨ ਕੀਤਾ। ਕੀ ਕਹਿਣਾ ਚਾਹੁੰਦਾ? ਜਿਹੜਾ ਪਿੰਡ ਆ, ਪਿੰਡ ਕੱਥੂ ਨੰਗਲ ਮੇਰਾ ਆਪਣਾ ਜਨਮ ਸਥਾਨ ਵੀ ਆ, ਇਹ ਸਾਡੇ ਉਸ ਧਾਰਮਿਕ ਪਿੰਡ ਆ, ਇਤਿਹਾਸਿਕ ਪਿੰਡ ਆ। ਬਾਬਾ ਬੁੱਢਾ ਜੀ ਦਾ ਜਨਮ ਸਥਾਨ ਹੋਇਆ ਇੱਥੇ, ਜਿਹਨੂੰ ਕਿ ਬਾਬਾ ਬੁੱਢਾ ਜੀ ਉਹ ਸ਼ਖਸੀਅਤ ਸੀ ਜਿਨ੍ਹਾਂ ਨੂੰ 6 ਗੁਰੂਆਂ ਨੂੰ ਤਿਲਕ ਲਗਾਉਣ, ਉਹਨਾਂ ਦਾ ਜਨਮ ਦਿਹਾੜਾ ਅਸੀਂ ਆਪਣੇ ਵੱਲੋਂ ਆਪਣੇ ਇਲਾਕੇ ਵੱਲੋਂ ਸਭ ਤੋਂ ਇਹ ਹੈ ਹੀ ਉਹਨਾਂ ਦੀ ਦੇਣ ਹੈ ਸਾਰੀ ਜੀ ਸਾਨੂੰ, ਤਾਂ ਅਸੀਂ ਤਾਂ ਕੋਈ ਬਿਲਕੁਲ ਨਾ ਮਾਤਰ ਥੱਲਿਓਂ ਉੱਠ ਕੇ ਜਾਣ ਕੇ ਜੋ ਕਰਮਾ ਮਾਤਾ ਇਹਨਾਂ ਦੀ ਮਤਲਬ ਕਿਰਪਾ ਸਦਕਾ ਹੀ ਸਾਨੂੰ ਇਹ ਬਾਬਾ ਬੁੱਢਾ ਜੀ ਦਾ ਜਿਹੜਾ ਪੈਲਸ ਬਣਾਉਣ ਦਾ ਵੀ ਮਾਣ ਹਾਸਲ ਹੋਇਆ। ਇਹਨਾਂ ਦੀ ਸਾਰੀ ਅਪਾਰ ਬਖਸ਼ਿਸ਼ ਹੈ ਸਾਡੇ ਪਰਿਵਾਰ ਦੇ ਉੱਤੇ, ਸਾਡੇ 'ਤੇ, ਸਾਡੇ ਇਲਾਕੇ 'ਤੇ, ਸਾਡੇ ਨਗਰ 'ਤੇ, ਅਤੇ ਇਹਨਾਂ ਦਾ ਹਿਸਾਨ ਸਾਰੀ ਉਮਰ ਦੇਣ ਦੇ ਹੀ ਨਹੀਂ ਸਕੇ, ਜਾਂ ਨਾ ਇਹਦਾ ਕੀ ਦੇਣ ਦੇ ਸਕਦੇ। ਬਾਬਾ ਜੀ ਜਿਨ੍ਹਾਂ ਸਾਨੂੰ ਦਿੱਤਾ ਜੀ, ਉਹਨਾਂ ਦਾ ਹੀ ਪੈਲਸ ਹੈ ਜੀ, ਉਹਨਾਂ ਦਾ ਜਨਮ ਸਥਾਨ, ਜਨਮ ਦਿਨ ਵਾਲਾ ਮਨਾਉਣ ਵਾਸਤੇ ਅਸੀਂ ਜਿਸ ਦਿਨ ਵੀ ਨਵੇਂ ਸਾਲ ਦੀ ਡੈਰੀ ਲਾਉਂਦੇ ਹਾਂ,
सब तो पहलों बाबा बुढ़ाई का जन्म स्थान का नाँ लिख के सत कते डायरी बुक कर देने पूरी सेवा वास्ते। तो बाकी साढ़े इलाके का बड़ा सहयोग हों, अं तो सिर्फ पैलेस ही है साडा, तो बाकी सारी संगत रल के साडे बैठे ने, रिस्पैक्ट साहब महिंद्र सिंह बैठे ने, साडे मैनेजर साडी स्टाफ सेवा करता, वन तन मन धाना सेवा जिनी कोई इलाके की सेवा होंगी वह करता। मैं अपने वालों बाबा बुढ़ाई के जन्म दिहाड़े के अपने परिवार सच्चे परिवार वालों लख लख वधाई देना जी। तुसीं हमेशा क्रिएटिव सोचना चलो और इस पैलेस में हमेशा कोई ना कोई चीज़ नव, ग्रीनरी की गल कर लिए ग्रीनरी लैस है पैलेस, अगर आप गल कर लिए इतों के किचन की बिल्कुल साफ सुथरे किचन और वो कदे मिस्त्री नहीं हटन देंगे, कोई ना कोई नवी चीज़ इंटेंगल करते रहते हो। तुहाड़ा माइंड ये है कि असी इस पैलेस में अज का जो युग जिमें बदली जाता नाल बदलते रहते हो, चलना पैंता जी जिमें जिमें समा आएगा, जिमें जिमें लोगों की नवी जनरेशन आँगी उन्होंने डिमांड होंगी अपनी हरेक कोशिश करी दी पूरी कर दी, बाकी कुछ कमियां रही चली जाए, इदा चलता रहता जी बिजनेस है साडा, ये कारोबार। धन्यवाद।